ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲੰਬਰ ਸਾਹਿਬਪੁਰੀ ਕੁਛ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਸੋ ਅੱਜ ਮੈਂ ਆਪਣੇ ਬੱਚਿਆਂ 'ਚ, ਆਪਣੇ ਪਰਿਵਾਰ 'ਚ, ਆਪਣੇ ਘਰ ਬੈਠਾ ਜੋ ਬੱਚਿਆਂ ਲਈ ਜੋ ਇਹਨਾਂ ਦਾ ਹੈਗਾ ਘਰ ਘਰ ਦਿਖਾ ਦੇਵੇ ਸਾਰਿਆਂ ਨੂੰ, ਮਾੜਾ ਜਿਹਾ ਘਰ ਵੱਲ ਨੂੰ ਘੁਮਾ ਦੇ। ਸਾਰੇ ਜਣੇ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਆ ਜਾਂ ਨਾਲੇ ਜੁੜਨੇ ਆ, ਉਹ ਜਲਦੀ ਜਲਦੀ ਜੁੜ ਜਾਓ, ਕਿਉਂਕਿ ਬਹੁਤ ਗੰਭੀਰ ਮਸਲੇ 'ਚੋਂ ਨਿਕਲੇ ਆ, ਕਿਉਂਕਿ ਪਰਿਵਾਰ ਕਦੀ ਵੀ ਕਿਸੇ ਦਾ ਵਿਛੜਨਾ ਨਹੀਂ ਚਾਹੀਦਾ। ਸੋ ਆ ਰਿਹਾ ਬਾਈ? ਹਾਂਜੀ ਹਾਂਜੀ, 6 ਜਣੇ ਹੋ ਗਏ ਭਾਜੀ। ਅੱਛਾ, ਤੇ ਚਲੋ, ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਰਿਆਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਸਾਰਿਆਂ ਨੂੰ। ਇਸੇ ਤਰ੍ਹਾਂ ਹੀ ਸਾਡੇ ਬੱਚਿਆਂ 'ਤੇ ਵੀ, ਸਾਡੇ 'ਤੇ ਵੀ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ। ਅਤੇ ਕੋਈ ਵੀ ਕਿਸੇ ਪਰਿਵਾਰ 'ਤੇ ਵੀ ਕੋਈ ਔਲੀ ਨਹੀਂ ਆਉਣੀ ਚਾਹੀਦੀ, ਪਰਿਵਾਰ ਹੱਸਦੇ ਵੱਸਦੇ ਹੀ ਚੰਗੇ ਲੱਗਦੇ ਆ। ਅਤੇ ਸਾਰੇ ਜਣੇ ਇਸ ਵੀਡੀਓ ਨੂੰ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ, ਜਿਹੜੇ ਵੀ ਦੇਖਣਗੇ। ਇਹ ਮੇਰਾ ਬੇਟਾ ਹਰਨੂਰ, ਏਕਨੂਰ, ਨਵਨੂਰ ਔਰ ਵਾਈਫ ਰੋਜੀ ਰਾਣੀ, ਕੁਛ ਦਿਨਾਂ ਤੋਂ ਤੁਸੀਂ ਦੇਖਿਆ ਸੀ ਕਿ ਕੁਛ ਬਹੁਤ ਘਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ। ਸੋ ਸਾਰਿਆਂ ਘਰਾਂ 'ਚ ਹੀ ਹੁੰਦੀਆਂ, ਮੇਰੇ ਘਰ 'ਚ ਨਹੀਂ ਹੋਈ, ਕਿਉਂਕਿ ਇਹਨੂੰ ਜ਼ਿਆਦਾ ਤੂਲ ਮੀਡੀਆ ਨੇ ਦੇਤਾ। ਸੋ ਬੱਚੇ ਆਪਣੇ ਘਰ 'ਚ ਹੈ, ਬੱਚਿਆਂ ਦਾ ਘਰ ਹੈ, ਵਾਈਫ ਮੇਰੀ, ਮੇਰੀ ਬੇਟੀ, ਬੱਚੇ ਸਾਰੇ ਖੁਸ਼ ਆ ਅਤੇ ਆਪਣੇ ਘਰ 'ਚ ਬੈਠੇ ਆ। ਅਤੇ ਜਿਹੜੇ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ, ਸ਼ੇਅਰ ਜ਼ਰੂਰ ਕਰੀ ਜਾਇਓ, ਕਿਉਂਕਿ ਅੱਜ ਅਸੀਂ ਆਪਣੇ ਪਰਿਵਾਰ ਦੇ ਵਿੱਚ ਬਿਲਕੁਲ ਖੁਸ਼ ਹਾਂ। ਅਤੇ ਜੋ ਵੀ ਮਨ ਦੇ ਵਿੱਚ ਕੁਛ ਕੋਈ ਵਿਚਾਰ ਸੀਗੇ ਐਸੇ, ਜਿਹੜੇ ਵੀ ਘਰ ਦੇ ਵਿੱਚ ਕੁਛ ਘਟਨਾਵਾਂ ਹੋ ਗਈਆਂ, ਸੋ ਉਹ ਸਾਰੀਆਂ ਪੁਰਾਣੀਆਂ ਉਹ ਮਿਟ ਗਈਆਂ, ਦੂਰੀਆਂ ਮਿਟ ਗਈਆਂ। ਚਲੋ ਬੱਚੀਆਂ ਛੋਟੀਆਂ ਆ, ਜਿਹੜੀਆਂ ਰੋਜੀ ਤੋਂ ਛੋਟੀਆਂ ਆ, ਕੋਈ ਨਹੀਂ, ਉਹ ਵੀ ਬੱਚੇ ਆ ਸਾਡੇ, ਅਤੇ ਗਲਤੀਆਂ ਹਰ ਇੱਕ ਹੋ ਜਾਂਦੀਆਂ, ਜਾਂ ਮੇਰੇ ਕੋਲੋਂ ਹੋਈ ਜਾਂ ਉਹਨਾਂ ਕੋਲੋਂ ਹੋਈ ਹੈ। ਅਸੀਂ ਇੱਕ ਪਰਿਵਾਰ ਹੈ ਅਤੇ ਸਾਰੇ ਅਸੀਂ ਇਕੱਠੇ ਹਾਂ, ਅਤੇ ਕੁਛ ਸ਼ਰਾਰਤੀ ਅਨਸਰ ਜਿਹੜੇ ਆ, ਪੁਰਾਣੀਆਂ ਵੀਡੀਓ ਜੋ ਸਾਡੇ ਘਰ ਤੋਂ ਲੀਕ ਹੋਈਆਂ, ਉਹ ਵੀਡੀਓ ਪਾ ਰਹੇ ਆ, ਅਤੇ ਉਹਦਾ 'ਤੇ ਗੌਰ ਨਾ ਕੀਤਾ ਜਾਵੇ, ਕਿਉਂਕਿ ਉਹ ਪੁਰਾਣੀਆਂ ਆ। ਉਹ ਮਹਿਲਾ ਕਮਿਸ਼ਨ ਦੇ ਉਸ ਵੀਡੀਓ ਨੂੰ ਅਸੀਂ ਦੱਸ ਚੁੱਕੇ ਹਾਂ, ਕਾਨੂੰਨ ਦੀ ਨਿਗਾਹ ਦੇ ਵਿੱਚ ਉਹ ਵੀਡੀਓ ਹੈਗੀਆਂ ਆ, ਪਰ ਉਹਨੂੰ ਤੋੜ ਮਰੋੜ ਕੇ ਐਡਿਟ ਕਰਕੇ ਦੁਬਾਰਾ ਮੇਰਾ ਅਕਸ਼ ਖਰਾਬ ਕਰਨਾ ਚਾਹੁੰਦੇ ਆ। ਕੁਛ ਲੋਕ ਹੈਗੇ ਆ ਜਿਨ੍ਹਾਂ ਨੇ, ਕੋਈ ਵੀ ਵੀਡੀਓ ਜਦੋਂ ਪਾਉਂਦਾ ਤੁਸੀਂ ਉਹਦੇ 'ਤੇ ਧਿਆਨ ਨਾ ਦਿਓ। ਅਤੇ ਬਾਕੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਬਿਲਕੁਲ ਖੁਸ਼ ਹਾਂ, ਬੱਚੇ ਮੇਰੇ ਖੁਸ਼ ਆ, ਵਾਈਫ ਆਪਣੇ ਘਰ 'ਚ ਬੈਠੇ ਆ। ਸੋ ਇਹਨਾਂ ਦਾ ਘਰ ਆ, ਮੈਂ ਇਹਨਾਂ ਲਈ ਕਮਾਉਣਾ, ਜ਼ਿੰਦਗੀ ਇਹਨਾਂ ਦੇ ਨਾਂ 'ਤੇ ਆ। ਅਤੇ ਸ਼ੇਅਰ ਜ਼ਰੂਰ ਕਰੀ ਜਾਇਓ, ਅਤੇ ਦੋ ਚਾਰ ਗੱਲਾਂ ਮੇਰੀ ਵਾਈਫ ਕਰੂਗੀ, ਅਤੇ ਲਾਗੇ ਲਿਆ ਕਰਕੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਬੀਤੇ ਦਿਨੀ ਜੋ ਵੀ ਸਾਡੇ ਪਰਿਵਾਰ ਵਿੱਚ ਹੋਇਆ, ਚਲੋ ਜੋ ਹਰ ਪਰਿਵਾਰ ਦੇ ਵਿੱਚ ਹੁੰਦਾ ਆ, ਸਾਡੇ ਨਾਲ ਵੀ ਹੋਇਆ, ਉਹਦੇ ਵਿੱਚ ਸਾਡੇ ਵੀ ਕਿਸੇ ਵੀ ਰਿਸ਼ਤੇਦਾਰ, ਭੈਣ ਭਰਾ ਦਾ ਕੋਈ ਵੀ ਰੋਲ ਨਹੀਂ ਹੈਗਾ। ਸਾਡੇ ਆਪਸ ਦੀਆਂ ਕੁਛ ਮਿਸਅੰਡਰਸਟੈਂਡਿੰਗ ਸੀ ਜੋ ਅਸੀਂ ਬੈਠ ਕੇ ਹੁਣ ਸੋਲਵ ਕਰ ਲਈਆਂ, ਅਤੇ ਤੁਸੀਂ ਅੱਗੇ ਵੀ ਸਾਰਿਆਂ ਨੇ ਸਾਡਾ ਸਾਥ ਦਿੱਤਾ ਆ, ਅਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡੇ, ਤੁਸੀਂ ਸਾਰੇ ਕਹਿੰਦੇ ਵੀ ਅਸੀਂ ਇੱਕ ਹੋਈਏ, ਸਾਡਾ ਪਰਿਵਾਰ ਇੱਕ ਹੋਵੇ, ਅਤੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਹੀ ਤੁਸੀਂ ਜੇ ਹੁਣ ਕੁਛ ਇੱਦਾਂ ਦਾ ਤੁਹਾਨੂੰ ਦੇਖਣ ਲਈ ਕੁਛ ਵੀ ਮਿਲਦਾ ਆ, ਤਾਂ ਤੁਸੀਂ ਉੱਤੇ ਗੌਰ ਨਾ ਕਰੋ, ਤੁਸੀਂ ਸਾਨੂੰ ਸਪੋਰਟ ਕਰੋ ਕਿ ਅਸੀਂ ਇਹ ਪਰਿਵਾਰ ਇੱਕ ਹੋ ਸਕੀਏ। ਅਸੀਂ ਇੱਕ ਤਾਂ ਹੋ ਸਕਦੇ ਹਾਂ ਕਿ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਕੋਈ ਵੀ ਇੱਦਾਂ ਦੀ ਚੀਜ਼ ਦੇ ਕੇ ਉੱਤੇ ਰਿਐਕਟ ਨਹੀਂ ਕਰਦੇ ਨਾ, ਨਹੀਂ ਤਾਂ ਸਾਡੇ ਪਰਿਵਾਰ 'ਚ ਫਿਰ ਵੀ ਉਸੇ ਤਰ੍ਹਾਂ ਇਹ ਪ੍ਰੋਬਲਮਸ ਬਣੀਆਂ ਰਹੂਗੀਆਂ, ਹੈ ਨਾ। ਅਤੇ ਤੁਸੀਂ ਉਹਨਾਂ ਚੀਜ਼ਾਂ 'ਤੇ ਕੋਈ ਗੌਰ ਨਹੀਂ ਕਰਨੀ, ਤੁਸੀਂ ਆਪਣੇ ਪਰਿਵਾਰ 'ਚ, ਆਪਣੇ ਬੱਚਿਆਂ 'ਚ, ਦੋਨੇ ਹਸਬੈਂਡ ਵਾਈਫ ਬਿਲਕੁਲ ਖੁਸ਼ ਆ। ਜੋ ਵੀ ਤੁਸੀਂ ਪੁਰਾਣੇ ਵੀਡੀਓ ਵਗੈਰਾ ਜੋ ਵੀ ਹੁਣ ਲੀਕ ਕੋਈ ਕਰ ਰਿਹਾ ਆ, ਤੁਸੀਂ ਉੱਤੇ ਗੌਰ ਨਹੀਂ ਕਰਨਾ। ਜੋ ਸਮਾਂ ਬੀਤ ਜਾਂਦਾ ਉੱਤੇ ਤੁਸੀਂ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ, ਜੋ ਵੀ ਹੋ ਗਿਆ ਉਹਨੂੰ ਤੁਸੀਂ ਕਿਸੇ ਨੇ ਧਿਆਨ ਨਹੀਂ ਦੇਣਾ ਹੈਗਾ। ਅਤੇ ਤੁਸੀਂ ਸਾਡੇ ਆਉਣ ਵਾਲੇ ਜੀਵਨ ਲਈ ਤੁਸੀਂ ਦੁਆਵਾਂ ਕਰਨੀਆਂ ਕਿ ਅਸੀਂ ਸਾਰੇ ਇੱਦਾਂ ਹੀ ਹਮੇਸ਼ਾ ਇਕੱਠੇ ਰਹੀਏ। ਅਤੇ ਦੁਬਾਰਾ ਫਿਰ ਮੈਂ ਬੇਨਤੀ ਕਰਦਾ, ਜਿੰਨੇ ਵੀ ਇਸ ਵੀਡੀਓ ਨੂੰ ਦੇਖਦੇ ਆ, ਅਸੀਂ ਆਪਣੇ ਘਰ 'ਚ ਬੈਠੇ ਹਾਂ, ਅਤੇ ਕੋਈ ਸ਼ਰਾਰਤੀ ਅਨਸਰ ਹੈਗੇ ਆ ਜਿਹੜੇ ਕਿ ਅਜੇ ਵੀ ਪੁਰਾਣੀਆਂ ਵੀਡੀਓ ਚੱਕ ਚੱਕ ਕੇ ਐਡਿਟ ਕਰ ਕਰਕੇ, ਕਿਉਂਕਿ ਸਾਨੂੰ ਆ ਗਈਆਂ ਵੀਡੀਓ, ਕਿਉਂਕਿ ਅਸੀਂ ਆਪਣੇ ਪਰਿਵਾਰ 'ਚ ਖੁਸ਼ ਹਾਂ, ਪੁਰਾਣੀਆਂ ਵੀਡੀਓ ਹੈਗੀਆਂ, ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਘਟਨਾਵਾਂ ਹੁੰਦੀਆਂ, ਅਤੇ ਜ਼ਰੂਰ ਇੱਕ ਦੂਸਰੇ ਨਾਲ ਲੜਾਈ, ਬਹਿਸ ਵਸੋਈਆ ਜ਼ਰੂਰ ਹੁੰਦਾ ਹੈ। ਸੋ ਮੈਂ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਬਹੁਤ ਪਿਆਰ ਕਰਦਾ,
ते किसे लिए भी मेरे बच्चा तो जा मेरे को कुछ कह हो गया हो गया उदे लिए मैं माफी चाहना। ते बाकी वीडियो जी इस करके मैं दोबारा दोबारा गल कर रहा नाल नाल शेयर करी जायो क्योंकि कुछ शरारती अंसरी अंसर जेडे मेरे नाल रह रह के वह मेरी वीडियो मेरे अक्ष नू मेरी गायकी नू मेरे कैरियर नू खराब करने की कोशिश करते हैं। वह वीडियो एडिट कर करके दोबारा पा रहे हैं क्योंकि वह पुरानिया वीडियो है जेडिया कि कानून असी दस चुके हैं ते महिला कमीशन नू भी असी दस चुके हैं उहदा कोई भी रौला नहीं है। कोई भी तुसी वीडियो देखते हो उत्ते ज्यादा गौर ना करो क्योंकि वह पुरानी वीडियो है ते लोकी एडिट कर करके मेरा अक्ष खराब करना चाहते हैं। हाथ जोड़ के बेनती है भी ये साडा परिवार हुण टुटे ना ते तुसी वीडियो कोई भी आउंदी आ उहनां नू तुसी जरूर ठोकमा जवाब दिओ कि ये वीडियो दा हाई कमीशन नू कानून नू असी दस चुके हां भी ये वीडियो साडे घर चों लीक हो गई। हर घर दे विच लड़ाइयां हुंदियां असी बिल्कुल ठीक हां अपने बच्चों के अपने परिवार च घर च बैठे हैं। सो मेरी जिंदगी है मेरे बच्चे मेरी वाइफ असी अज इस करके लाइव होया ताकि जो लोगों के दिलों के कोई भी कोई गल हैगी निकल जाए। तो वीडियो का सानू बहुत दुख है क्योंकि वीडियो लीक हुई घरों ही हुई जिन्हें कीतियां वह जिन्हें भी कीतियां उस वीर को मेरी बेनती है हाथ जोड़ के भी मेरा अक्ष खराब ना करे क्योंकि उस वीडियो का असी पहले ही कानून दस चुके हैं तो उहदा कोई असर नहीं होना किसी से भी। तुम दोबारा दोबारा एडिट करके वह वीडियो ना चलाओ जिहड़ी भी वीडियो कोई आउंदी आ उहनू इगनोर कर दिओ ते ठोकमा जवाब दे दिओ क्योंकि इस वीडियो नू जिहड़ियां मेरे घर चों गईआं जां कोई भी हैगा उह वीडियो असीं कानून नू दस चुके आ ते बहुत बहुत धन्नवाद। कोई भी वीडियो आउंदी आ तुसीं उत्ते गौर ना करिओ हथ जोड़ के बेनती है क्योंकि मैं तुहाडे लई गाउणा क्योंकि पब्लिकली मैं गायक आ मैं पहला तुहाडा आ बाद च परिवार दा आ परिवार दा साथ मेरे लई बड़ा जरूरी आ बच्चे मेरे बहुत अच्छे आ सो मन ते कोई भी बोझ सीगा वह निकल गया ते मैं बच्चों को पढ़ाना चाहना ये रज के पढ़न हसन खेडन नचन टप्पण जो मर्जी कर क्योंकि मेरी जिंदगी इन्हां दे लेखे है। हर परिवार परमात्मा खुश रखे क्योंकि बच्चों मैं बहुत प्यार करदा सारे का सत्कार करदा ते दोबारा दोबारा फिर मैं बेनती करदा कि जिहड़ी वीडियो कोई भी लीक हुई है जां कोई करदा वह पुरानी वीडियो है मेरा अक्ष खराब करने लई वह वीडियो पाई है जदों भी कोई तुहाडे सामने कोई भी वीडियो आउंदी है ते उहदा तुसीं ठोकमा जवाब दे दिओ क्योंकि बहुत लोग है जिहड़े घर नूं जोड़ना नहीं चाहते वह तोड़ना चाहते सानूं टुट्टिया देखना चाहते हैं ते इस गल ते गौर ना करो कोई भी वीडियो हुण आउंदी है वह वीडियो सारियां असीं कानून नूं दे चुके हैं दस चुके हैं उहदा फैसला हो चुका है असीं अपने घर च बिल्कुल ठीक ठाक हाँ। बहुत बहुत धन्नवाद इस वीडियो नूं तुसीं शेयर जरूर कर दिओ ताकि असीं अपने परिवार दे विच खुश रह सकीए ते मैं अगां प्रोग्राम भी कर लिया मेरा प्रोग्राम खराब करन दी कोशिश कीती जा रही है क्योंकि इंग्लैंड दे विच भी ऐसे लोग बैठे जिहड़े वीडियो नूं बहुत शेयर कर रहे हैं ते उहनां नूं मैं बेनती करदा वी उह पुरानी वीडियो आ उहदा कोई असर नहीं होना ते परमात्मा बैठा उह तुहानूं भी सजा जरूर दूगा तुसीं किसे दा घर खराब कर रहे हो ये दोबारा दोबारा एडिट कर करके जो तुसीं मेरा अक्ष खराब कर रहे हो ये नहीं होगा क्योंकि पब्लिक बहुत प्यार करती है मैनूं भी मैं भी करदा ते बच्चे ठीक है अपने परिवार दे विच असीं खुश हां ते बहुत बहुत धन्नवाद सारिआं दा सत्कार भरी सत श्री अकाल बाय बाय कर दिओ सारे।